ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਤੋਂ ਨੋਮੀਨੇਸ਼ਨ ਫਾਈਲ ਹੋਣੇ ਸ਼ੁਰੂ ਹੋ ਗਏ ਆ, ਲੇਕਿਨ ਦੂਜੇ ਪਾਸੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਵੀ ਸਰਪੰਚ ਚੁਣੇ ਜਾਣ ਲੱਗ ਗਏ ਆ। ਅਸੀਂ ਇਸ ਟਾਈਮ ਮੌਜੂਦ ਹਾਂ ਮੋਗਾ ਦੇ ਧਰਮਕੋਟ ਦੇ ਪਿੰਡ ਰਸੂਲਪੁਰ ਔਰ ਚੱਕ ਕਸਿਆਣਾ ਦੇ ਵਿੱਚ, ਜਿੱਥੇ ਕਿ ਸਰਬਸੰਮਤੀ ਦੇ ਨਾਲ ਨੌਜਵਾਨ ਪਰਮਪਾਲ ਨੂੰ ਸਰਪੰਚ ਚੁਣਿਆ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪਿੱਛੇ ਪਰਮਪਾਲ ਨੂੰ ਨਵਾਜਿਆ ਜਾ ਰਿਹਾ, ਸਰੋਪੇ ਪਾਏ ਜਾ ਰਹੇ ਆ, ਔਰ ਇਹਨਾਂ ਨੂੰ ਨੌਜਵਾਨ ਹੈਗੇ ਪਰਮਪਾਲ, ਇਹਨਾਂ ਨੂੰ ਸਰਪੰਚ ਸਰਬਸੰਮਤੀ ਨਾਲ ਚੁਣਿਆ ਗਿਆ। ਹਾਲਾਂਕਿ ਪਿੰਡ ਦੀ 400 ਵੋਟ ਹੈ ਔਰ 400 ਵੋਟਾਂ ਲੋਕਾਂ ਨੇ ਜਿਹੜਾ ਸਰਬਸੰਮਤੀ ਦੇ ਨਾਲ ਇਹਨਾਂ ਨੂੰ ਸਰਪੰਚ ਚੁਣਿਆ। ਇਹਨਾਂ ਨਾਲ ਗੱਲ ਕਰ ਲਾਂਗੇ ਕਿਸ ਤਰ੍ਹਾਂ ਦਾ ਵਿਜ਼ਨ ਹੈ ਪਿੰਡ ਨੂੰ ਲੈ ਕੇ। ਪਰਮਪਾਲ ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ ਨੌਜਵਾਨ ਹੋ, ਲਾਅ ਦੇ ਸਟੂਡੈਂਟ ਹੋ, ਤੁਸੀਂ ਕਿਸ ਤਰ੍ਹਾਂ ਦਾ ਵਿਜ਼ਨ ਹੈ, ਤੁਹਾਨੂੰ ਸਰਪੰਚ ਚੁਣਿਆ ਗਿਆ, ਕੀ ਸੋਚਦੇ ਹੋ ਆਪਦੇ ਪਿੰਡ ਬਾਰੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ, ਸਾਡੇ ਦੋਵਾਂ ਪਿੰਡਾਂ ਦੀ ਗ੍ਰਾਮ ਪੰਚਾਇਤ ਰਸੂਲਪੁਰ ਕਿਸਾਨਾਂ, ਜਿਨ੍ਹਾਂ ਨੇ ਮੈਨੂੰ ਇਸ ਛੋਟੀ ਜਿਹੀ ਉਮਰ 24 ਸਾਲ ਦੀ ਉਮਰ ਵਿੱਚ ਸਰਪੰਚ ਬਣਨ ਦਾ ਮੌਕਾ ਦਿੱਤਾ ਹੈ, ਅਤੇ ਮੈਂ ਉਮੀਦ ਕਰਦਾ ਹਾਂ ਕਿ ਵਾਹਿਗੁਰੂ ਮੈਨੂੰ ਬਲ ਬਖਸ਼ੇ, ਮੈਂ ਆਪਣੇ ਪਿੰਡ ਦੀ ਮਾਨਤਾ ਨਾਲ ਤੁਹਾਨੂੰ ਸੇਵਾ ਕਰ ਸਕਾਂ। ਵਿਜ਼ਨ ਮੇਰਾ ਪਿੰਡ ਨੂੰ ਲੈ ਕੇ ਇਹੀ ਹੈ ਜੀ, ਜਿਵੇਂ ਕਿ ਸਾਡੇ ਵਿਧਾਇਕ ਸਾਹਿਬ ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਬੜੇ ਹੀ ਵਧੀਆ ਸੂਝਵਾਨ ਤਰੀਕੇ ਨਾਲ ਵਿਦਆਊਟ ਐਨੀ ਪਾਰਟੀਬਾਜ਼ੀ ਪਿੰਡਾਂ ਵਿੱਚ ਰੈਗੂਲਰ ਕੰਮ ਕਰਵਾ ਰਹੇ ਆ। ਸੋ ਉਹਨਾਂ ਦੀ ਅਗਵਾਈ ਹੇਠ ਆਪਾਂ, ਜੋ ਪਹਿਲਾਂ ਮੇਰੇ ਮਦਰ ਸਰਪੰਚ ਸੀਗੇ 5 ਸਾਲ, ਉਹਨਾਂ ਦੇ ਕੰਮ ਅਧੂਰੇ ਰਹਿ ਗਏ, ਅਤੇ ਨਵੇਂ ਜੋ ਕਿ ਵਿਜ਼ਨ 'ਚ ਮੇਰੇ ਹੈ, ਜਿਵੇਂ ਕਿ ਸਾਡੇ ਪਿੰਡ 'ਚ ਸਟੇਡੀਅਮ ਦਾ ਹੋ ਗਿਆ ਅਤੇ ਸਟਰੀਟ ਲਾਈਟਾਂ ਦਾ ਹੋ ਗਿਆ, ਐਂਡ ਜਵਾਕਾਂ ਲਈ ਕੋਈ ਉਹਨਾਂ ਨੂੰ ਕਿਸੇ ਵਧੀਆ ਰਸਤੇ ਪਾਉਣ ਲਈ, ਜਿਵੇਂ ਕਿ ਲਾਇਬ੍ਰੇਰੀ ਦੇ ਰਿਲੇਟਡ ਵੀ ਥੋੜ੍ਹਾ ਉਹਨਾਂ ਦਾ ਧਿਆਨ, ਵੀ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਸ਼ੇ ਪੰਜਾਬ ਵਿੱਚ ਬਹੁਤ ਵੱਧ ਗਏ ਹਨ, ਉਹਨਾਂ ਦੇ ਲਾਈਕ ਰੋਕਥਾਮ ਲਈ ਆਪਾਂ ਕੋਈ ਨਾ ਕੋਈ ਨਵੇਂ ਉਪਰਾਲੇ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਨ ਸਾਹਿਬ ਨੇ ਇਸ ਵਾਰ ਵੀ ਰਿਵਾਰਡ ਮਨੀ ਦੇਣ ਦਾ ਵੀ ਆਖਿਆ ਹੈ ਕਿ ਅਗਰ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਏਗੀ ਉਹਨਾਂ ਨੂੰ 5 ਲੱਖ ਰੁਪਇਆ ਰਿਵਾਰਡ ਮਨੀ ਵੀ ਦਿੱਤੀ ਜਾਏਗੀ, ਤਾਂ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜ਼ਿਆਦਾ ਚੁਣਾਵ ਹੋਏ। ਹਾਂਜੀ ਜੀ, ਇਹ ਬਹੁਤ ਵਧੀਆ ਉਪਰਾਲਾ ਹੈ ਮਾਨ ਸਾਹਿਬ ਵੱਲੋਂ, ਸਗੋਂ ਇਹਦੇ ਨਾਲ ਜਿਹੜੇ ਪਿੰਡਾਂ ਵਿੱਚ ਲੋਕਾਂ ਨੂੰ ਉਤਸ਼ਾਹ ਮਿਲੂਗਾ ਅਤੇ ਉਹਨਾਂ ਵਿੱਚ ਇੱਕ ਭਾਈਚਾਰਕ ਸਾਂਝ ਉਹਦੇ ਨਾਲ ਮੈਨੂੰ ਲੱਗਦਾ, ਇਹਦੇ ਨਾਲ ਜ਼ਰੂਰੀ ਹੈ ਪੈਸਾ ਨਹੀਂ ਹੁੰਦਾ, ਇੱਕ ਇੱਕ ਤਰ੍ਹਾਂ ਦਾ ਇੱਕ ਉਹਨਾਂ ਵੱਲੋਂ ਕਹਿ ਲਓ ਤੁਸੀਂ ਵੀ ਇੱਕ ਕਦਮ ਚੁੱਕਿਆ ਵੀ ਭਾਈਚਾਰਕ ਸਾਂਝ ਬਣੀ ਰਹੇ ਲੋਕਾਂ ਦੇ। ਹਾਂਜੀ ਪਰਮਪਾਲ, ਨੌਜਵਾਨ ਹੋ ਤੁਸੀਂ, ਉਮਰ ਵੀ ਛੋਟੀ ਹੈ 24 ਸਾਲ ਹੈ, ਹਜੇ ਲਾਅ ਦੇ ਸਟੂਡੈਂਟ ਵੀ ਹੋ, ਇੱਕ ਵੱਡੀ ਗੱਲ ਹੈ ਲਾਅ ਦਾ ਸਟੂਡੈਂਟ ਹੈ ਅਤੇ ਸਰਪੰਚ ਬਣ ਗਿਆ ਪਿੰਡ ਦਾ। ਹਾਂਜੀ ਬਿਲਕੁਲ ਜੀ, ਮਾਣ ਵਾਲੀ ਗੱਲ ਹੈ ਜੀ। ਸੋ ਮੈਂ ਦੁਬਾਰਾ ਫਿਰ ਆਪਦੀ ਗ੍ਰਾਮ ਪੰਚਾਇਤ ਦਾ, ਆਪਣੇ ਪਿੰਡ ਵਾਸੀਆਂ ਦਾ, ਮੇਰੇ ਭਾਈਚਾਰੇ ਦਾ, ਸਾਰਿਆਂ ਦਾ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਕਿ ਇਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਾਂ, ਕਿਉਂਕਿ ਇਲੈਕਸ਼ਨ ਜਿਹੜੇ ਭਾਅ ਜੀ ਤਾਂ 5 ਸਾਲ ਬਾਅਦ ਫਿਰ ਆਈ ਜਾਣੇ ਤਾਂ ਕੋਈ ਉਹ ਨਹੀਂ, ਪਰ ਭਾਈਚਾਰਕ ਸਾਂਝ ਇੰਪੋਰਟੈਂਟ ਆ, ਕਿਉਂਕਿ ਇੱਕ ਦੂਜੇ ਪ੍ਰਤੀ ਆਪਾਂ ਦੁੱਖ ਸੁੱਖ ਵਿੱਚ ਖੜਨਾ ਉਹ ਆਪਣੀ ਜ਼ਿੰਮੇਵਾਰੀ, ਨੈਤਿਕ ਜ਼ਿੰਮੇਵਾਰੀ ਬਣਦੀ ਆ। ਸੋ ਮੈਂ ਸਾਰਿਆਂ ਦਾ ਦੁਬਾਰਾ ਧੰਨਵਾਦ ਕਰਦਾ। ਬਿਲਕੁਲ, ਕਿਉਂਕਿ ਜਿਹੜੇ ਸਰਪੰਚੀ ਦੇ ਇਲੈਕਸ਼ਨ ਹੁੰਦੇ ਆ, ਪੰਚਾਇਤੀ ਦੇ ਇਲੈਕਸ਼ਨ ਹੁੰਦੇ ਆ, ਇਹਦੇ ਵਿੱਚ ਕਈ ਖਬਰਾਂ ਆਉਂਦੀਆਂ, ਲੜਾਈ ਝਗੜੇ ਦੀਆਂ ਵੀ ਆਉਂਦੀਆਂ ਅਤੇ ਪੈਸਾ ਵੀ ਕਾਫੀ ਲੱਗਦਾ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਲੱਗ ਰਿਹਾ ਕਿ ਸਰਬਸੰਮਤੀ ਦੇ ਨਾਲ ਚੋਣਾਂ ਹੋਣੀਆਂ ਚਾਹੀਦੀਆਂ? ਬਿਲਕੁਲ ਨਹੀਂ, ਮੈਂ ਤਾਂ ਚਾਹੁੰਦਾ ਵੀ ਪੰਜਾਬ ਦਾ ਹਰ ਇੱਕ ਪਿੰਡ, ਪੰਜਾਬ ਦਾ ਨਹੀਂ ਸਗੋਂ ਹਿੰਦੁਸਤਾਨ ਦਾ ਹਰ ਇੱਕ ਪਿੰਡ ਵੀ ਸਰਬਸੰਮਤੀ ਨਾਲ ਸਰਪੰਚ ਚੁਣੇ, ਵੀ ਤਾਂ ਕਿ ਜਿਹੜੀ ਪਿੰਡ ਦੀ ਤਰੱਕੀ, ਕਿਉਂਕਿ ਜੇ ਸਰਬਸੰਮਤੀ ਨਾਲ ਹੋਊਗਾ ਓਬੀਅਸਲੀ ਗੱਲ ਵੀ ਉਹਦੇ 'ਚ ਕੋਈ ਪਾਰਟੀਬਾਜ਼ੀ ਜਾਂ ਉੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ, ਸੋ ਤਰੱਕੀ ਵਿੱਚ ਕੋਈ ਅੜਚਨ ਨਹੀਂ ਬਣਦੀ ਇਹਦੇ ਨਾਲ, ਅਤੇ ਜਿਹੜੀ ਪਿੰਡ ਦੀ ਤਰੱਕੀ ਨਿਰੰਤਰ ਚੱਲਦੀ ਰਹਿੰਦੀ ਹੈ। ਮਾਤਾ ਜੀ ਪਿਛਲੀ ਵਾਰ ਸਰਪੰਚ ਰਹੇ ਨੇ, ਇਸ ਵਾਰ ਤੁਹਾਨੂੰ ਨਵਾਜਿਆ ਗਿਆ, ਅਤੇ ਕਿਹੜੇ ਕਿਹੜੇ ਕੰਮ ਹੈ ਜਿਹੜੇ ਉਹਨਾਂ ਦੇ ਰਹਿ ਗਏ ਤੁਸੀਂ ਪੂਰੇ ਕਰੋਗੇ? ਜੀ ਕੰਮ, ਇੱਕ ਤਾਂ ਸਾਡੇ ਇੱਥੇ ਜੀ ਕੋਈ ਸਰਕਾਰੀ ਬਿਲਡਿੰਗ ਪਿੰਡ ਵਿੱਚ ਨਹੀਂ ਸੀ, ਉਹਦਾ ਕੰਮ ਚੱਲ ਰਿਹਾ ਜੀ। ਇੱਕ ਤਾਂ ਆਪਣਾ ਬੱਸ ਅੱਡਾ ਹੋ ਗਿਆ, ਉਹ ਤਕਰੀਬਨ ਥੋੜ੍ਹੇ ਕੁ ਸਮੇਂ 'ਚ ਵੀ ਤਿਆਰ ਹੋ ਜੂਗਾ। ਇੱਕ ਸਾਡੇ ਪਿੰਡ ਵਿੱਚ ਪੰਚਾਇਤ ਘਰ, ਉਹਦੀ ਸਮੱਸਿਆ ਸੀ, ਉਹ ਵੀ ਸਾਡੇ MLA ਦੀ ਅਗਵਾਈ ਹੇਠ ਉਹ ਵੀ ਤਿਆਰ ਹੋ ਜੂਗੀ, ਐਂਡ ਸਟਰੀਟ ਲਾਈਟਾਂ ਹੋ ਗਈਆਂ, ਐਂਡ ਥੋੜ੍ਹੀ ਜਿਹੀ ਪੀਣ ਦੇ ਪਾਣੀ ਦੀ ਇੱਥੇ ਸਮੱਸਿਆ ਹੋਣ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਵੀ ਕੋਈ ਜਾਂ ਬੋਰਵੈਲ ਕੋਈ ਡੂੰਘਾ ਜਿਹਦੇ ਨਾਲ ਪਾਣੀ ਫਿਲਟਰ ਹੋ ਸਕੇ, ਜਾਣੀ ਹੈਵੀ ਕੈਮੀਕਲਸ ਤੋਂ ਬਚਾਅ ਹੋ ਸਕੇ ਸਾਡੇ ਪਿੰਡ ਵਾਸੀਆਂ ਦਾ। ਸੋ ਮੇਰਾ ਇਹੀ ਟਰਾਈ ਹੋਊਗਾ ਜੀ। ਪਿੰਡ ਵਾਸੀਆਂ ਨੂੰ ਕੀ ਕਹੋਗੇ? ਸਭ ਧੰਨਵਾਦ ਹੀ ਹੈ ਜੀ ਮੇਰਾ ਤਾਂ, ਮੈਂ ਤਾਂ ਸਾਰੀ ਉਮਰ